ਅੱਜ ਪੰਜਾਬ ਸਟੇਟ ਦੇ ਮੁੱਖ ਮੰਤਰੀ ਵਜੋਂ ਕਈ ਮੁਲਕਾਂ ਦੇ ਅੰਬੈਸਡਰਸ, ਹਾਈ ਕਮਿਸ਼ਨਰਸ, ਉਹਨਾਂ ਦੇ ਰਾਜਦੂਤ ਜਿਹੜੇ ਨੇ ਉਹਨਾਂ ਨਾਲ ਮੁਲਾਕਾਤ ਸੀ ਕਿ ਪੰਜਾਬ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚੋਂ ਇੰਡਸਟਰੀ, ਉਹਨਾਂ ਮੁਲਕਾਂ ਦੇ ਵਿੱਚੋਂ ਕਿਹੜੇ ਕਿਹੜੇ ਸੈਕਟਰ ਜਿਹੜੇ ਨੇ ਉਹਨਾਂ ਨਾਲ ਪੰਜਾਬ ਐਸੋਸੀਏਟ ਕਰ ਸਕਦਾ ਹੈ, ਕਿਉਂਕਿ ਅੱਜ ਕੱਲ੍ਹ ਜ਼ਮਾਨਾ ਜਿਹੜਾ ਬ੍ਰੇਨ ਸਟ੍ਰੋਮਿੰਗ ਦਾ, ਗਰੁੱਪ ਆਫ ਕੰਪਨੀਜ਼ ਦਾ, ਅਤੇ ਦੁਨੀਆ ਜਿਹੜੀ ਆ ਉਹ ਇੱਕ ਛੋਟਾ ਜਿਹਾ ਪਿੰਡ ਬਣ ਗਈ। ਆਸਟ੍ਰੇਲੀਆ ਦੇ ਅੰਬੈਸਡਰ ਮਿਸਟਰ ਫਿਲਿਪ ਗ੍ਰੀਨ, ਯੂਕੇ ਦੇ ਅੰਬੈਸਡਰ, ਸਪੇਨ ਦੇ ਅੰਬੈਸਡਰ, ਮਲੇਸ਼ੀਆ ਦੇ ਅੰਬੈਸਡਰ, ਨੀਦਰਲੈਂਡ ਦੇ ਅੰਬੈਸਡਰ, ਬ੍ਰਾਜ਼ੀਲ ਦੇ ਅੰਬੈਸਡਰ, ਟਰਕੀ ਜਿਹਨੂੰ ਤੁਰਕੀ ਕਹਿੰਦੇ ਨੇ, ਤੁਰਕੀ ਦੇ ਅੰਬੈਸਡਰ, ਫਰਾਂਸ ਦੇ ਅੰਬੈਸਡਰ, ਸਾਰਿਆਂ ਨਾਲ ਬਹੁਤ ਖੁੱਲ੍ਹ ਕੇ ਗੱਲ ਹੋਈ, ਇਕੱਲੇ ਇਕੱਲਿਆਂ ਨਾਲ। ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੇ ਕੰਟਰੀ ਜਿਵੇਂ ਆਸਟ੍ਰੇਲੀਆ ਹੈ, ਬ੍ਰਾਜ਼ੀਲ ਹੈ, ਇਹ ਕੰਟਰੀ ਜਿਹੜੇ ਨੇ ਇਹ ਖੇਤੀ ਸੈਕਟਰ ਦੇ ਵਿੱਚ ਪੰਜਾਬ ਦੇ ਨਾਲ ਬਹੁਤ ਸਾਰੀਆਂ ਸਾਂਝਾਂ ਪਾ ਸਕਦੇ ਨੇ, ਫੂਡ ਪ੍ਰੋਸੈਸਿੰਗ 'ਚ ਜਾਂ ਮੈਨੂਫੈਕਚਰਿੰਗ ਕੰਬਾਈਨਸ ਦੀ, ਟਰੈਕਟਰਸ ਦੀ, ਕਿਉਂਕਿ ਪੰਜਾਬ ਜਿਹੜਾ ਉਹ 87% ਟਰੈਕਟਰ ਅਤੇ ਖੇਤੀ ਦੇ ਹੋਰ ਸੰਦ ਜਿਹੜੇ 87% ਉਹ ਦੇਸ਼ 'ਚੋਂ ਪੰਜਾਬ ਪੈਦਾ ਕਰਦਾ, ਪੰਜਾਬ ਮੈਨੂਫੈਕਚਰ ਕਰਦਾ। ਆਈਟੀ ਸੈਕਟਰ ਦੇ ਵਿੱਚ ਬਹੁਤ ਸਾਰੇ ਰਾਜਦੂਤ ਜਿਹੜੇ ਨੇ ਉਹਨਾਂ ਨੇ ਆਪਣਾ ਇੰਟਰਸਟ ਦਿਖਾਇਆ। ਆਉਣ ਵਾਲੇ ਦਿਨਾਂ 'ਤੇ ਮੋਹਾਲੀ ਦੇ ਵਿੱਚ, ਰਾਜਪੁਰਾ ਦੇ ਵਿੱਚ ਜਿਹੜੀ ਸਾਡੀ ਆਈਟੀ ਹੱਬ ਹੈ ਉਹਨੂੰ ਬਹੁਤ ਬੂਸਟ ਮਿਲੂਗਾ। ਅਸੀਂ ਜੋ ਗਰੰਟੀਆਂ ਅਰਵਿੰਦ ਕੇਜਰੀਵਾਲ ਜੀ ਜਿਸ ਵੇਲੇ ਮੇਰੇ ਨਾਲ ਪੰਜਾਬ ਦੇ ਵਿੱਚ ਕੰਪੇਨ ਕਰ ਰਹੇ ਸੀ, ਅਸੀਂ ਗਰੰਟੀਆਂ ਦੇ ਰਹੇ ਸੀ ਦੋਨੋਂ ਕਿ ਰੰਗਲਾ ਪੰਜਾਬ ਬਣਾਉਣਾ, ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ, ਇੰਡਸਟਰੀ ਨੂੰ ਲੈ ਕੇ ਆਉਣਾ। ਆਲਰੇਡੀ ਸਾਡੇ ਕੋਲ ਬਹੁਤ ਸਾਰੀ ਇੰਡਸਟਰੀ ਆ ਚੁੱਕੀ ਹੈ, ਪਰ ਜਦੋਂ ਅਸੀਂ ਇਕੱਲੇ ਇਕੱਲੇ ਅੰਬੈਸਡਰ ਨੂੰ ਅਲੱਗ ਤੋਂ ਮਿਲਦੇ ਹਾਂ ਤਾਂ ਉਹਨਾਂ ਦਾ ਜਿਹੜਾ ਅੱਜ ਵੀ ਮੈਂ ਦੇਖਣ ਲੱਗਿਆ ਹੋਇਆ ਸੀਗਾ ਇਹ ਗੱਲ ਕਿ ਉਹ ਬਹੁਤ ਜ਼ਿਆਦਾ ਇੰਟਰਸਟ ਦਿਖਾਉਂਦੇ ਨੇ, ਬਜਾਏ ਇਸ ਦੇ ਕਿ ਕੋਈ ਬਹੁਤ ਵੱਡਾ ਕੋਈ ਇਨਵੈਸਟਮੈਂਟ ਮੀਟ ਪ੍ਰੋਗਰਾਮ ਕਰ ਲਓ, ਸਾਰਿਆਂ ਨੂੰ ਸੰਬੋਧਨ ਕਰੋ, ਉਹਦੀ ਬਜਾਏ ਜਦੋਂ ਇਕੱਲੇ ਇਕੱਲੇ ਮੁਲਕ ਦੇ ਅੰਬੈਸਡਰ ਨਾਲ ਗੱਲ ਕਰਦੇ ਹਾਂ। ਜਿਵੇਂ ਕਿ ਬ੍ਰਾਜ਼ੀਲ ਹੈ, ਉਹ ਫੁੱਟਬਾਲ ਦੇ ਵਿੱਚ ਬਹੁਤ ਅੱਗੇ ਨੇ। ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਜਿੰਨੀਆਂ ਫੁੱਟਬਾਲਾਂ ਤੁਹਾਡੇ ਬੱਚੇ ਖੇਡਦੇ ਨੇ ਉਹ ਸਾਰੀਆਂ ਜਲੰਧਰ ਬਣਦੀਆਂ ਨੇ, ਤਾਂ ਬਹੁਤ ਹੈਰਾਨ ਹੋਏ ਇਸ ਗੱਲ ਤੋਂ ਕਿ ਰਗਬੀ ਦਾ ਜਿਹੜਾ ਵਰਲਡ ਕੱਪ ਹੈ ਉਹਦੀਆਂ ਸਾਰੀਆਂ ਬੋਲਾਂ ਜਲੰਧਰ ਬਣੀਆਂ। ਕ੍ਰਿਕਟ ਦੇ ਬੈਟ, ਕ੍ਰਿਕਟ ਦੀਆਂ ਬੋਲਾਂ, ਹਾਕੀ ਦੀਆਂ ਸਟਿਕਸ, ਸਾਰੀਆਂ ਸਾਡੇ ਸਪੋਰਟਸ ਸਿਟੀ ਜਲੰਧਰ ਹੈ। ਅਸੀਂ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਕੀਤਾ ਹੋਇਆ ਲੋਕਾਂ ਨਾਲ। ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਗਏ ਸੀ ਜਲੰਧਰ ਤਾਂ ਉੱਥੇ ਅਨਾਊਂਸਮੈਂਟ ਕੀਤੀ ਸੀ। ਤਾਂ ਸਪੋਰਟਸ ਦੇ ਵਿੱਚ ਵੀ ਬਹੁਤ ਸਾਰਾ ਇੱਕ ਦੂਜੇ ਦੇ ਮੁਲਕਾਂ ਨਾਲ ਅਸੀਂ ਸਪੋਰਟਸ ਕਲਚਰ, ਆਸਟ੍ਰੇਲੀਆ ਦਾ ਸਪੋਰਟ ਕਲਚਰ ਬਹੁਤ ਵਧੀਆ, ਅਸੀਂ ਆਪਣੇ ਇੱਥੇ ਉਹਨਾਂ ਨੂੰ ਲੈ ਕੇ ਆ ਸਕਦੇ ਹਾਂ। ਪ੍ਰੋਫੈਸ਼ਨਲ ਯੂਨੀਵਰਸਿਟੀ ਐਜੂਕੇਸ਼ਨ, ਯੂਨੀਵਰਸਿਟੀਜ਼ ਦੇ ਜਿਹੜੀਆਂ ਸਾਡੇ ਬੱਚੇ 25-25, 30-30 ਲੱਖ ਰੁਪਈਆ ਦੇ ਕੇ ਉੱਥੇ ਯੂਨੀਵਰਸਿਟੀਆਂ 'ਚ ਐਡਮਿਸ਼ਨ ਲੈਂਦੇ ਨੇ, ਉਹੀ ਯੂਨੀਵਰਸਿਟੀਆਂ ਇੱਥੇ ਕਿਉਂ ਨਾ ਆਉਣ, ਉਹੀ ਪੜ੍ਹਾਈ ਇੱਥੇ ਹੋਵੇ ਅਤੇ ਉਹ ਜਿੱਥੇ ਮਰਜ਼ੀ ਬਾਅਦ ਦੇ ਵਿੱਚ ਜਾ ਕੇ ਦੁਨੀਆ ਜਿੱਥੇ ਮਰਜ਼ੀ
ਉਹਨਾਂ ਦਾ ਦਿਲ ਕਰਦਾ ਉੱਥੇ ਨੌਕਰੀਆਂ ਕਰ ਲੈਣ, ਉੱਥੇ ਪਲੇਸਮੈਂਟ ਹੋ ਜਾਵੇ ਉਹਨਾਂ ਦੀ। ਸੋ ਇੱਕ ਬਹੁਤ ਵੱਡਾ ਸਟੈਪ ਹੈ ਇਹ, ਬਹੁਤ ਵੱਡਾ ਕਦਮ ਹੈ। ਸੋ ਅੱਜ ਸਾਰੇ ਜਿਹੜੇ ਮੁਲਕ ਨੇ ਉਹਨਾਂ ਦੇ ਰਾਜਦੂਤਾਂ ਨਾਲ ਗੱਲ ਹੋਈ ਹੈ। ਲਗਭਗ ਸਾਰਿਆਂ ਨੇ ਕਿਹਾ ਕਿ ਅਸੀਂ ਪੰਜਾਬ ਆਵਾਂਗੇ ਅਤੇ ਤੁਸੀਂ ਸਾਡੇ ਕੰਟਰੀ 'ਚ ਆਓ ਅਤੇ ਅਸੀਂ ਤੁਹਾਨੂੰ ਆਪਣਾ ਕਲਚਰ ਦਿਖਾਉਂਦੇ ਹਾਂ। ਜਿੱਥੇ ਸਾਡੀਆਂ ਕਮੀਆਂ ਨੇ ਤੁਸੀਂ ਪੂਰੀਆਂ ਕਰ ਦਿਓ, ਜਿੱਥੇ ਤੁਹਾਡੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ। ਤਾਂ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦਾ ਜੋ ਸੁਪਨਾ ਪੰਜਾਬ ਨੂੰ ਲਿਆ ਉਹ ਪੂਰਾ ਹੋ ਸਕਦਾ ਹੈ।